ਜਿੱਥੇ ਵੀ ਬੂਥ ਹੈ ਉੱਥੇ ਪ੍ਰਸ਼ਾਸਨ ਨੇ ਆਪਣੀ ਜਿਹੜੀ ਫੋਰਸ ਹੈ ਉਹ ਪੂਰੀ ਲਗਾਈ ਹੋਈ ਆ। ਬਿਲਕੁਲ ਵੀ ਇਹ ਤਾਂ ਲੋਕੀ ਭੁੱਲ ਹੀ ਜਾਣ, ਉਹ ਟਾਈਮ ਖਤਮ ਹੋ ਗਿਆ। ਪਰ ਜਿੱਥੇ ਧੌਣ ਤੇ ਗੋਡਾ ਰੱਖ ਕੇ ਵੋਟਾਂ ਇੱਧਰ ਪਾਓ ਜੀ ਵੋਟਾਂ ਇੱਧਰ ਪਾਓ, ਇਹ ਬਿਲਕੁਲ ਨਹੀਂ ਹੋਣਾ। ਜਿਸ ਆਦਮੀ ਨੂੰ ਲੋਕੀ ਲਾਈਕ ਕਰਦੇ ਉਸ ਬੰਦੇ ਨੂੰ ਵੋਟਾਂ ਪਾਉਣ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਗਰੀਬ ਆਦਮੀ ਜਿੱਥੇ ਮਰਜ਼ੀ ਵੋਟ ਪਾ ਸਕਦਾ, ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ, ਨਾ ਕਿਸੇ ਦਾ ਕੋਈ ਦਬਾਅ ਹੈ। ਅਗਰ ਕੋਈ ਬੰਦਾ ਕਿਸੇ ਨੂੰ ਦਬਾਅ ਪਾਉਣ ਦੀ ਮਦਦ ਕੋਸ਼ਿਸ਼ ਕਰਦਾ, ਬਿਲਕੁਲ ਉਹਨੂੰ ਬਖਸ਼ਿਆ ਨਹੀਂ ਜਾਏਗਾ। ਉਹਦੇ 'ਤੇ ਜੋ ਕਾਨੂੰਨੀ ਕਾਰਵਾਈ ਬਣੇਗੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਫਸਰਾਂ ਨੂੰ ਤੁਹਾਡੇ ਵੱਲੋਂ ਕੀ ਹਦਾਇਤ? ਮੇਰੇ ਵੱਲੋਂ ਅਫਸਰਾਂ ਨੂੰ ਇਹ ਹਦਾਇਤ ਹੈ, ਬਿਲਕੁਲ ਇੱਕ ਸ਼ਾਂਤੀਪੂਰਵਕ ਚੋਣ ਹੋਣੀ ਚਾਹੀਦੀ ਹੈ। ਮੇਰਾ ਕਿਸੇ ਅਫਸਰ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ। ਜਿਹੜਾ ਜਿੱਤ ਗਿਆ, ਮੈਂ ਪਹਿਲੇ ਕਹਿਤਾ, ਜਿਹੜਾ ਜਿੱਤੇਗਾ ਉਹ ਵੀ ਮੇਰਾ, ਜਿਹੜਾ ਹਾਰੇਗਾ ਉਹ ਵੀ ਮੇਰਾ।